ਪੂਰੇ ਪੰਜਾਬ ਦੇ ਵਿੱਚ ਅੱਜ ਲੋਕਡਾਊਨ ਹੋਇਆ ਅਤੇ ਜਨਤਾ ਕਰਫਿਊ ਪੂਰੇ ਦੇਸ਼ ਦੇ ਵਿੱਚ ਲੱਗਿਆ ਹੋਇਆ। ਰਾਜਸਥਾਨ ਤੋਂ ਬਾਅਦ ਪੰਜਾਬ ਦੂਸਰਾ ਐਸਾ ਸੂਬਾ ਹੈ ਜਿਹੜਾ ਲੋਕਡਾਊਨ ਕਰ ਚੁੱਕਿਆ ਅਤੇ ਇਸ ਦਾ ਇੰਪੈਕਟ ਪੰਜਾਬ ਦੇ ਪਿੰਡਾਂ ਦੇ ਵਿੱਚ ਕਿੰਨਾ ਕੁ ਹੈ ਉਹ ਦੇਖਦੇ ਹਾਂ। ਅੱਜ ਅਸੀਂ ਪਹੁੰਚੇ ਹਾਂ ਮੋਹਾਲੀ ਦੇ ਪਿੰਡ ਜਿਹੜਾ ਖਾਨਪੁਰ ਹੈਗਾ ਉਸ ਪਿੰਡ, ਉਸ ਪਿੰਡ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਸ ਦਾ ਇੰਪੈਕਟ ਕਿੰਨਾ ਕੁ ਹੈਗਾ, ਲੋਕ ਕਿੰਨੇ ਕੁ ਅਵੇਅਰ ਨੇ, ਕਿੰਨੇ ਘਰਾਂ ਦੇ ਵਿੱਚ ਬੈਠੇ ਨੇ ਜਾਂ ਸੜਕਾਂ 'ਤੇ ਕਿੰਨੇ ਕੁ ਨੇ। ਤਾਂ ਤੁਸੀਂ ਦੇਖ ਸਕਦੇ ਹੋ ਕਿ ਪਿੰਡਾਂ ਦੇ ਵਿੱਚ ਇਸ ਦਾ ਇੰਪੈਕਟ ਕਿੰਨਾ ਕੁ ਹੈਗਾ। ਪਿੰਡਾਂ ਦੇ ਵਿੱਚ ਲੋਕ ਸੜਕਾਂ 'ਤੇ ਕੁਛ ਨਿਕਲੇ ਜ਼ਰੂਰ ਹੋਏ ਨੇ, ਪਿੰਡ ਦੀਆਂ ਗਲੀਆਂ ਦੇ ਵਿੱਚ ਜ਼ਰੂਰ ਨਿਕਲੇ ਹੋਏ ਨੇ ਕੁਛ। ਅਗਰ ਗੱਲ ਕਰੀਏ ਸੱਥ ਜਿਹਨੂੰ ਕਹਿੰਦੇ ਆ ਪਿੰਡ ਦੀ, ਉਹ ਪਿੰਡ ਦੀ ਸੱਥ ਖਾਨਪੁਰ ਦੀ ਹੈਗੀ ਹੈ। ਇੱਥੇ ਵੀ ਲੋਕ ਜਿਹੜੇ ਵੱਡੀ ਗਿਣਤੀ ਦੇ ਵਿੱਚ ਮਿਲ ਜਾਂਦੇ ਆ, ਕੁਛ ਲੋਕ ਇੱਥੇ ਵੀ ਮਿਲ ਜਾਣਗੇ ਜਿਹੜੇ ਬੈਠੇ ਹੋਣਗੇ। ਤਾਂ ਪਿੰਡਾਂ ਦੇ ਵਿੱਚ ਇਸਦਾ ਇੰਪੈਕਟ ਉਨਾ ਨਹੀਂ ਦੇਖ ਰਿਹਾ ਜਿੰਨਾ ਸ਼ਹਿਰਾਂ ਦੇ ਵਿੱਚ ਹੈ। ਸ਼ਹਿਰ ਕੰਪਲੀਟਲੀ ਬੰਦ ਹੋ ਚੁੱਕੇ ਨੇ। ਸ਼ਹਿਰਾਂ ਦੀਆਂ ਜੋ ਦੁਕਾਨਾਂ ਨੇ, ਮੌਲਸ ਨੇ, ਸ਼ੋਰੂਮਸ ਨੇ, SEO ਨੇ, ਉਹ ਸਾਰੇ ਬੰਦ ਪਏ ਨੇ। ਲੇਕਿਨ ਪਿੰਡਾਂ ਦੇ ਵਿੱਚ ਕੁਛ ਨਾ ਕੁਛ ਇਸ ਤਰੀਕੇ ਦਾ ਜ਼ਰੂਰ ਦਿਖਦਾ ਜਿੱਥੇ ਜ਼ਿਆਦਾ ਇੰਪੈਕਟ ਜਨਤਾ ਕਰਫਿਊ ਦਾ ਨਹੀਂ ਦਿਖ ਰਿਹਾ। ਇਹ ਪਿੰਡ ਦਾ ਜਿਹੜਾ ਮੰਦਿਰ ਹੈਗਾ, ਇੱਥੇ ਜੋ ਮੰਦਿਰ ਬੰਦ ਕੀਤਾ ਗਿਆ ਅਤੇ ਲੋਕ ਗਲੀਆਂ ਦੇ ਵਿੱਚ, ਮੈਂ ਤੁਹਾਨੂੰ ਹੋਰ ਦਿਖਾ ਦੇਣਾ ਕਿ ਗਲੀਆਂ ਦੇ ਵਿੱਚ ਆਮ ਤੌਰ 'ਤੇ ਦੇਖਿਆ ਜਾ ਸਕਦਾ ਕਿ ਇੱਥੇ ਲੋਕ ਗਲੀਆਂ ਦੇ ਵਿੱਚ ਜ਼ਰੂਰ ਦੇਖਣ ਨੂੰ ਮਿਲ ਜਾਂਦੇ ਨੇ। ਤਾਂ ਜਿਹੜਾ ਜਨਤਾ ਕਰਫਿਊ ਪਿੰਡ ਦੇ ਵਿੱਚ ਦੇਸ਼ ਦੇ ਵਿੱਚ ਲੱਗਿਆ ਹੋਇਆ, ਇਸ ਪਿੰਡ ਦੇ ਵਿੱਚ ਜ਼ਿਆਦਾ ਇੰਪੈਕਟ ਨਹੀਂ ਦਿਖ ਰਿਹਾ। ਲੋਕਡਾਊਨ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਪੰਜਾਬ ਨੇ ਲੋਕਡਾਊਨ ਕੀਤਾ ਹੈ 31 ਮਾਰਚ ਤੱਕ। ਲੋਕਡਾਊਨ ਦਾ ਮਤਲਬ ਕੀ ਹੈ, ਯਾਨੀ ਕਿ ਲੋਕਡਾਊਨ ਦਾ ਮਤਲਬ ਕਿ ਪਿੰਡ ਜਾਂ ਜੋ ਪੰਜਾਬ ਤੋਂ ਬਾਹਰ ਨਾ ਕੋਈ ਜਾ ਸਕਦਾ ਅਤੇ ਨਾ ਪੰਜਾਬ ਤੋਂ ਬਾਹਰ ਕੋਈ ਅੰਦਰ ਆ ਸਕਦਾ, ਇਸ ਨੂੰ ਲੋਕਡਾਊਨ ਕਿਹਾ ਗਿਆ। ਹਾਲਾਂਕਿ ਇਸ ਦੇ ਵਿੱਚ ਕੁਛ ਰਾਹਤਾਂ ਜ਼ਰੂਰ ਦਿੱਤੀਆਂ ਗਈਆਂ, ਜਿਵੇਂ ਕਿ ਮੈਡੀਕਲ ਨੇ ਜਾਂ ਫਿਰ ਦੁੱਧ ਦੇ ਜਿਹੜੇ ਬੂਥ ਨੇ, ਦੁੱਧ ਦੀਆਂ ਦੁਕਾਨਾਂ ਨੇ, ਦਹੀਂ ਦੀਆਂ ਦੁਕਾਨਾਂ ਨੇ, ਰੋਜ਼ਮਰ੍ਹਾ ਦੀਆਂ ਜੋ ਚੀਜ਼ਾਂ ਵਰਤੋਂ ਦੇ ਵਿੱਚ ਆਉਂਦੀਆਂ ਨੇ, ਸਬਜ਼ੀ ਮੰਡੀਆਂ ਜ਼ਰੂਰ ਬੰਦ ਕੀਤੀਆਂ ਗਈਆਂ ਨੇ, ਲੇਕਿਨ ਪਿੰਡਾਂ ਦੇ ਵਿੱਚ ਸਬਜ਼ੀਆਂ ਵੇਚ ਸਕਦੇ ਹਾਂ। ਤਾਂ ਘਰਾਂ ਦੇ ਬਾਹਰ ਜਾ ਕੇ ਰੇਹੜੀਆਂ 'ਤੇ ਸਬਜ਼ੀਆਂ ਵਿਕਦੀਆਂ ਨੇ, ਲੋਕ ਖਰੀਦਦੇ ਨੇ, ਲੇਕਿਨ ਸਬਜ਼ੀਆਂ ਮੰਡੀਆਂ, ਜਿਹੜੀ ਸਬਜ਼ੀ ਦੀਆਂ ਮੰਡੀਆਂ, ਉਹ ਜ਼ਰੂਰ ਬੰਦ ਕਰ ਦਿੱਤੀਆਂ ਗਈਆਂ। ਤਾਂ ਇਸ ਤਰੀਕੇ ਦੇ ਹਾਲਾਤ ਹੈਗੇ ਆ ਪੰਜਾਬ ਦੇ ਵਿੱਚ, ਅਤੇ ਪਿੰਡਾਂ ਦੇ ਵਿੱਚ ਕਿਸ ਤਰੀਕੇ ਦੇ ਹਾਲਾਤ ਹੈ ਉਹ ਜ਼ਰੂਰ ਦੇਖਣ ਨੂੰ ਮਿਲ ਰਹੇ ਨੇ। ਤਾਂ ਤੁਸੀਂ ਇਹ ਤਸਵੀਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਪਿੰਡਾਂ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਨੇ। ਅੱਜ ਦੇ ਦਿਨ ਜਨਤਾ ਕਰਫਿਊ ਪੂਰੇ ਦੇਸ਼ ਦੇ ਵਿੱਚ ਲੱਗਿਆ ਹੋਇਆ ਅਤੇ ਪੰਜਾਬ ਲੋਕਡਾਊਨ ਕੀਤਾ ਗਿਆ, ਤਾਂ ਉਸ ਦਾ ਅਸਰ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਦੇਖਣ ਨੂੰ ਜ਼ਰੂਰ ਮਿਲਿਆ। ਔਰਤਾਂ ਮਹਿਲਾਵਾਂ ਇਕੱਠੀਆਂ ਹੋਈਆਂ ਨੇ, ਹਾਲਾਂਕਿ ਜਿਹੜੇ ਵੀ ਪਾਸੇ ਦੇਖੋ ਤਾਂ ਗੱਲਾਂ ਕਰੋਨਾ ਵਾਇਰਸ ਦੀਆਂ ਹੀ ਹੋ ਰਹੀਆਂ। ਲਗਾਤਾਰ ਕਰੋਨਾ ਵਾਇਰਸ ਦੀ ਚਰਚਾ ਹੋ ਰਹੀ ਆ, ਲੋਕ ਗੱਲਾਂ ਕਰ ਰਹੇ ਨੇ, ਹਾਲਾਂਕਿ ਅਵੇਅਰਨੈਸ ਵੀ ਸਰਕਾਰ ਵੱਲੋਂ ਫੈਲਾਉਣ ਦੀ ਗੱਲ ਜਿਹੜੀ ਲਗਾਤਾਰ ਕਹੀ ਜਾ ਰਹੀ ਹੈ ਕਿ ਅਵੇਅਰਨੈਸ ਲੋਕਾਂ ਦੇ ਵਿੱਚ ਆਵੇ, ਲੋਕ ਇੱਕ ਦੂਜੇ ਦੇ ਨਾਲ ਹੱਥ ਨਾ ਬੁਲਾਉਣ, ਬੋਡੀ ਦੇ ਨਾਲ ਬੋਡੀ ਟੱਚ ਨਾ ਕਰਨ, ਗਲੇ ਨਾ ਮਿਲਣ, ਦੂਰੋਂ ਹੀ ਸਤਿ ਸ਼੍ਰੀ ਅਕਾਲ ਬੋਲਣ, ਨਮਸਤੇ ਬੋਲਣ, ਅਦਾਬ ਬੋਲਣ, ਜੋ ਵੀ ਉਹ ਬੋਲਣਾ ਚਾਹੁੰਦੇ ਨੇ, ਲੇਕਿਨ ਹੱਥ ਨਾ ਬੁਲਾਉਣ, ਇਹ ਸਰਕਾਰ ਵੱਲੋਂ ਕਿਹਾ ਜਾ ਰਿਹਾ। ਤਾਂ ਇਹ ਸਥਿਤੀ ਪਿੰਡਾਂ ਦੇ ਵਿੱਚ ਬਣੀ ਹੋਈ ਆ, ਇਹ ਪਿੰਡਾਂ ਦੀਆਂ ਗਲੀਆਂ ਨੇ ਜਿੱਥੇ ਲੋਕ ਕਿਸੇ ਗਲੀ ਦੇ ਵਿੱਚ ਜ਼ਿਆਦਾ ਦੇਖਦੇ ਨੇ, ਕਿਸੇ ਗਲੀ ਦੇ ਵਿੱਚ ਘੱਟ ਦੇਖਦੇ ਨੇ। ਇਸ ਗਲੀ ਦੇ ਵਿੱਚ ਲੋਕ ਘੱਟ ਦੇਖ ਰਹੇ ਨੇ, ਲੋਕ ਘੱਟ ਬਾਹਰ ਨਿਕਲ ਰਹੇ ਨੇ, ਯਾਨੀ ਕਿ ਇਸ ਗਲੀ ਦੇ ਵਿੱਚ ਲੋਕ ਵਾਇਰਸ ਤੋਂ ਜ਼ਿਆਦਾ ਅਵੇਅਰ ਨੇ। ਅਤੇ ਜਿਹੜੀ ਗਲੀ ਦੇ ਵਿੱਚ ਜ਼ਿਆਦਾ ਲੋਕ ਦੇਖਦੇ ਨੇ ਉਹ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਸੋਸ਼ਲ ਵੀ ਮੰਨੇ ਜਾ ਸਕਦੇ ਨੇ, ਕਿਉਂਕਿ ਉਹ ਲੋਕਾਂ ਨਾਲ ਮੇਲ ਜੋਲ ਘੱਟ ਨਹੀਂ ਕਰ ਰਹੇ, ਉਸੇ ਤਰੀਕੇ ਨਾਲ ਨਿਕਲ ਰਹੇ ਨੇ ਬਾਹਰ ਜਿਸ ਤਰੀਕੇ ਨਾਲ ਪਹਿਲਾਂ ਉਹ ਨਿਕਲ ਰਹੇ ਨੇ। ਇਸ ਦੇ ਨਾਲ ਹੀ ਇਸ ਤੋਂ ਥੋੜ੍ਹੀ ਦੂਰ ਬਾਅਦ ਇੱਕ ਸਕੂਲ ਵੀ ਆਏਗਾ, ਜਿਸ ਸਕੂਲ ਦੇ ਵੀ ਆਪਾਂ ਦ੍ਰਿਸ਼ ਦਿਖਾਵਾਂਗੇ, ਗਰਾਊਂਡ ਦੇ ਦ੍ਰਿਸ਼ ਦਿਖਾਵਾਂਗੇ ਕਿ ਗਰਾਊਂਡ ਦੇ ਵਿੱਚ ਕਿਸ ਤਰੀਕੇ ਦਾ ਆਲਮ ਹੈ। ਤਾਂ ਸਾਹਮਣੇ ਇਹ ਤਸਵੀਰ ਤੁਸੀਂ ਦੇਖ ਰਹੇ ਹੋ, ਖਾਨਪੁਰ ਪਿੰਡ ਜ਼ਿਲ੍ਹਾ ਮੋਹਾਲੀ, ਇਸ ਪਿੰਡ ਦੀ ਤਸਵੀਰ ਹੈ। ਅਤੇ ਤੁਹਾਨੂੰ ਇੱਥੇ ਰੋਕ ਕੇ ਪਿੰਡ ਦਾ ਗਰਾਊਂਡ ਵੀ ਦਿਖਾ ਦਿੰਦੇ ਹਾਂ। ਇਹ ਗਰਾਊਂਡ ਹੈਗਾ ਪਿੰਡ ਦਾ ਮੇਰੇ ਖੱਬੇ ਹੱਥ, ਕੈਮਰਾਮੈਨ ਨੂੰ ਕਹੂੰਗਾ ਕਿ ਜ਼ਰੂਰ ਦਿਖਾਉਣ ਇਹ ਗਰਾਊਂਡ, ਜਿਸ ਗਰਾਊਂਡ ਦੇ ਵਿੱਚ ਕ੍ਰਿਕਟ ਖੇਡ ਰਹੇ ਨੇ ਲੜਕੇ।
ਤਾਂ ਕਿਤੇ ਨਾ ਕਿਤੇ ਇੰਜੋਇਮੈਂਟ ਜ਼ਰੂਰ ਹੋ ਰਿਹਾ, ਲੇਕਿਨ ਇਸ ਬਿਮਾਰੀ ਨੂੰ ਲਾਈਟ ਲਈ ਨਹੀਂ ਲੈ ਸਕਦੇ, ਕਿਉਂਕਿ ਪੂਰੀ ਦੁਨੀਆ ਦੇ ਵਿੱਚ ਇਸ ਬਿਮਾਰੀ ਦਾ ਅਸਰ ਹੈਗਾ, ਪੂਰੀ ਦੁਨੀਆ ਇਸ ਤੋਂ ਪ੍ਰਭਾਵਿਤ ਹੋ ਚੁੱਕੀ ਆ, ਪੂਰੀ ਦੁਨੀਆ ਦੇ ਵਿੱਚ ਬਹੁਤ ਸਾਰੀਆਂ ਮੌਤਾਂ ਹੋ ਚੁੱਕੀਆਂ। ਪਹਿਲਾਂ ਸਭ ਤੋਂ ਜ਼ਿਆਦਾ ਇਸ ਤੋਂ ਪ੍ਰਭਾਵਿਤ ਚਾਈਨਾ ਸੀ, ਦੂਸਰੇ ਨੰਬਰ 'ਤੇ ਇਟਲੀ ਸੀ, ਲੇਕਿਨ ਹੁਣ ਮੌਤਾਂ ਦੇ ਵਿੱਚ ਇਟਲੀ ਪਹਿਲੇ ਨੰਬਰ 'ਤੇ ਆ ਚੁੱਕਿਆ। ਤਾਂ ਕਿਤੇ ਨਾ ਕਿਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਵੀ ਇਸ ਦਾ ਅਸਰ ਮਿਲਿਆ ਜੁਲਿਆ ਦਿਖ ਰਿਹਾ। ਕਿਤੇ ਬਹੁਤ ਜ਼ਿਆਦਾ ਲੋਕ ਬਾਹਰ ਨਿਕਲੇ ਹੋਏ ਨੇ ਪਿੰਡਾਂ ਦੇ ਵਿੱਚ, ਅਤੇ ਕਈ ਜਗ੍ਹਾਵਾਂ ਦੇ ਵਿੱਚ ਪਿੰਡਾਂ ਦੇ ਲੋਕ ਆਪਣੇ ਘਰਾਂ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਨੇ। ਕੈਮਰਾਮੈਨ ਦੀਪਕ ਦੇ ਨਾਲ ਰਵਿੰਦਰ ਸਿੰਘ, ਦੈਨਿਕ ਸਵੇਰਾ ਟੀਵੀ, ਖਾਨਪੁਰ, ਮੋਹਾਲੀ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚ ਅਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94648, 84374 94648।